ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਗੁਰਸੀਰਤ ਚੀਮਾ 'ਤੇ। ਅੱਜ ਅਸੀਂ ਚੱਲੇ ਹਾਂ ਪਿਕਨਿਕ ਵਾਸਤੇ। ਸਾਨੂੰ ਹੋਲੀਡੇਜ਼ ਸ਼ੁਰੂ ਹੋ ਗਈਆਂ ਨੇ ਐਂਡ ਹੋਲੀਡੇਜ਼ ਵਿੱਚ ਥੋੜ੍ਹੀ ਮਸਤੀ ਵੀ ਤਾਂ ਚਾਹੀਦੀ ਹੈ ਨਾ, ਅਤੇ ਅਸੀਂ ਮਸਤੀ ਪੂਰੀ ਕਰਨੀ ਆ। ਅੱਜ ਅਸੀਂ ਪਿਕਨਿਕ ਵਾਸਤੇ ਚੱਲੇ ਹਾਂ ਅਤੇ ਅਸੀਂ ਕਿਵੇਂ ਕਰਾਂਗੇ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਐਂਡ ਤੁਸੀਂ ਵੀ ਸਾਡੇ ਨਾਲ ਪਿਕਨਿਕ 'ਤੇ ਇੰਜੋਏ ਕਰਿਓ। ਅਤੇ ਸਾਰੇ ਅਸੀਂ ਰੈਡੀ ਹੋ ਗਏ ਹਾਂ, ਬਸ ਪਾਪਾ ਰਹਿ ਗਏ ਨੇ। ਮੈਂ ਤੁਹਾਨੂੰ ਵਿਖਾਉਂਦੀ ਹਾਂ, ਆ ਜਾਓ ਪਾਪਾ। ਰੈਡੀ ਨਹੀਂ ਹੋਏ? ਬਸ 2 ਮਿੰਟ ਬੇਟਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, 2 ਮਿੰਟ 'ਚ ਹੋ ਗਿਆ ਮੈਂ ਰੈਡੀ। ਚਲੋ ਬੱਚੇ ਜੀ, ਅਤੇ ਇੱਧਰ ਸਾਰੇ ਤਿਆਰ ਸ਼ਿਆਰ ਹੋ ਕੇ ਬਹਿ ਗਏ ਨੇ ਐਂਡ ਹੁਣ ਇੱਥੇ ਫਰੂਟ ਚਾਟ ਚੱਲ ਰਹੀ ਹੈ। ਆ ਜਾਓ ਸਾਰੇ, ਖਾਓ ਫਰੂਟ ਚਾਟ। ਫਤਿਹ, ਤੂੰ ਕੀ ਕਰਨਾ ਪਿਆ? ਗੇਮ। ਤੂੰ ਕਦੀ ਫੋਨ ਛੱਡ ਵੀ ਦਿਆ ਕਰ। ਫਤਿਹ ਨੇ ਆਪਣਾ ਬੈਗ ਪੈਕ ਕਰ ਲਿਆ ਪਿਕਨਿਕ ਵਾਸਤੇ, ਹੈ ਨਾ? ਹਾਲੇ ਬੋਟਲ ਹੀ ਪਈ ਹੈ ਬਾਅਦ 'ਚੋਂ। ਚੱਲ ਕੋਈ ਗੱਲ ਨਹੀਂ, ਮੈਂ ਵੀ ਸਾਰਾ ਪੈਕ ਕਰ ਲਿਆ ਅਤੇ ਹੁਣ ਤੁਹਾਨੂੰ ਅਸੀਂ ਮਿਲਣਾ ਗੱਡੀ। ਹੁਣ ਅਸੀਂ ਆ ਗਏ ਆਪਣੀ ਫੇਵਰੇਟ ਜਗ੍ਹਾ 'ਤੇ, ਮੋਹਨ ਬੇਕਰੀ, ਅਤੇ ਹੁਣ ਅਸੀਂ ਆਪਣਾ ਪਿਕਨਿਕ ਵਾਸਤੇ ਖਾਣ ਪੀਣ ਦਾ ਸਮਾਨ ਲੈ ਲਿਆ ਅਤੇ ਕਾਫੀ ਕੁਛ ਚੀਜ਼ ਸੈਂਡਵਿਚ ਅਤੇ ਹੌਟ ਡੌਗ। ਓਕੇ, ਹੌਟ ਡੌਗ ਹੋਰ ਬੋਲੋ ਕੀ ਲੈ ਖਾਣਾ? ਹੌਟ ਡੌਗ ਹਾਂ, ਮਤਲਬ ਮੈਂ ਵੀ ਖਾਣਾ। ਪਾਪਾ ਕਰ ਲੈਣਾ, ਦੋ ਕਰ ਲੋ ਭਈਆ। ਸਿੰਪਲ ਬੱਚਿਆਂ ਦਾ ਸਾਰਾ ਸਮਾਨ ਲੈ ਕੇ ਜਾਂਦੇ ਆ। ਮੈਂ ਖਾਣਾ ਨਾ ਕੀ ਲੈ ਸੀ ਰੱਖੋ? ਮੈਂ ਹੌਟ ਡੌਗ ਲਿਆਈ, ਚੀਜ਼ ਸੈਂਡਵਿਚ। ਕਿੰਨੇ ਦਿਨ ਬਾਅਦ ਆਏ ਹਾਂ ਅਸੀਂ ਖਾਣ ਪੀਣ ਵਾਸਤੇ। ਅਸੀਂ ਹਲਕਾ ਲਿਖਾ ਕੇ ਗਏ। ਜਿਹੜੀ ਆਪਣੇ ਪਹਿਲਾਂ ਖਾਣੀ ਹੁੰਦੀ ਚੀਜ਼ ਚਿੱਲੀ ਪੈਟੀ, ਮਸ਼ਰੂਮ ਪੈਟੀ, ਪਤਾ 1 ਮਿੰਟ, ਮਨਚੂਰੀਅਨ ਪੈਟੀ, ਚੀਜ਼ ਕੋਨ ਪੈਟੀ, ਇਹ ਚੀਜ਼ ਪੈਟੀ। ਫਰੈਂਡਸ, ਅਸੀਂ ਆਪਣੀ ਸਾਰੀ ਚੀਜ਼ਾਂ ਸਿਲੈਕਟ ਕਰਾਏ ਆ ਜੋ ਅਸੀਂ ਲੈਣਾ ਸੀ, ਤੇ ਹੁਣ ਪਾਪਾ ਤੇ ਫਤਿਹ ਹਲੇ ਮੋਹਨ ਬੇਕਰੀ 'ਚ ਨੇ, ਉਹ ਗਰਮ ਕਰਾਣਗੇ ਫਿਰ ਬਿਲਿੰਗ ਕਰਾਣਗੇ, ਤੇ ਹੁਣ ਉਹ ਆ ਜਾਂਦੇ ਨੇ। ਉਸ ਤੋਂ ਬਾਅਦ ਅਸੀਂ ਜਾਵਾਂਗੇ ਆਪਣੀ ਪਿਕਨਿਕ ਸਪੋਟ 'ਤੇ। ਮੈਂ ਤਾਂ ਬਹੁਤ ਐਕਸਾਈਟਡ ਹਾਂ, ਮਜ਼ਾ ਆਏਗਾ। ਮੈਂ ਤਾਂ ਆਪਣਾ ਕਾਫੀ ਸਾਰਾ ਸਮਾਨ ਉਹਦੇ 'ਚ ਪਾ ਲਿਆ ਐਂਡ ਉੱਥੇ ਮੈਂ ਬਹੁਤ ਕੁਝ ਕਰਾਂਗੀ ਉੱਥੇ ਮਸਤੀ, ਅਤੇ ਤੁਹਾਨੂੰ ਵੀ ਵਿਖਾਵਾਂਗੀ। ਹੈਲੋ ਮੇਰੀ ਯੂਨੀਕੋਰਨ ਫਰੈਂਡਸ, ਹੁਣ ਅਸੀਂ ਆ ਗਏ ਹਾਂ ਇੱਥੇ। ਮਜਨੂੰ ਦਾ ਟਿੱਲਾ ਹੈ ਅਤੇ ਆ ਸਾਡੇ ਪਿੰਡ ਦੇ ਨੇੜੇ ਹੀ ਹੈ, ਅਤੇ ਐਵੇਂ ਸਾਨੂੰ ਲੱਗਦਾ ਵੀ ਜਿਵੇਂ ਅਸੀਂ ਗ੍ਰੇਟ ਵਾਲ ਆਫ ਚਾਈਨਾ ਚੜ ਰਹੇ ਹਾਂ। ਬੜੀ ਦੂਰ ਆ ਕਨਿਪਲੇ, ਕਨਿਪਲੇ ਤੋਂ ਉੱਧਰ ਰਸਤਾ ਹੁੰਦਾ ਹੈ। ਆ ਵੇਖੋ ਫਰੈਂਡਸ, ਖੇਤਰ ਵਿੱਚ ਬੇਟਾ, ਲੇਕਿਨ ਅਸੀਂ ਕਲਿਪ ਕਨਿਪਲੇ ਤੋਂ ਵੀ ਤਾਂ ਆ ਸਕਦੇ ਹਾਂ ਇੱਧਰ ਨੂੰ, ਹੈ ਨਾ? ਇੱਥੇ ਅਸੀਂ ਪਿਕਨਿਕ ਇੰਜੋਏ ਕਰਾਂਗੇ ਆਪਣੀ। ਅਸੀਂ ਪਹਿਲਾਂ ਵੀ ਆਏ ਸਾਂ ਸੀ ਇੱਧਰ। ਹਾਂਜੀ, ਅਸੀਂ ਕਾਫੀ ਵਾਰ ਇੱਧਰ ਇੱਧਰ ਪਾਣਾ ਵਾਂਗੂ ਰਸਤਾ ਇੱਧਰ ਪਾਣਾ ਵਾਂਗੂ ਸੀ ਇੱਥੇ। ਅਸੀਂ ਖਾਣ ਪੀਣ ਵਾਲਾ ਸਮਾਨ ਕਰਕੇ ਲੈ ਆ ਸਾਰੀ ਟੋਕੜੀ ਹੈ ਟੋਕੜੀ ਟੋਕੜੀ। ਚਲੋ ਉਹ ਜੀ, ਇਹਨਾਂ ਦਾ ਪਿਕਨਿਕ ਦਾ ਸੈਟਅਪ ਲੱਗ ਚੁੱਕਿਆ। ਚਾਦਰ ਵਿਛਾਓ। ਕੰਡੇ ਤੇ ਨਹੀਂ ਹੈ? ਕੰਡੇ ਬੇਟਾ ਉਹ ਗਰਾਸ ਹੀ, ਕੁਛ ਨਹੀਂਗਾ। ਤੇ ਆਪਣਾ ਖਾਣ ਪੀਣ ਵਾਲਾ, ਖੇਡਣ ਦਾ ਸਮਾਨ, ਸਾਰਾ ਕੁਛ ਫਤਿਹ ਪਹਿਲੇ ਹੀ ਨਾ ਖਿਲਾਰ ਦੀ। ਮੰਮੀ ਬੈਠੋ, ਮਜ਼ਾ ਆਏਗਾ ਕਾਫੀ ਦਿਨਾਂ ਬਾਅਦ ਇੱਦਾਂ, ਹੈ ਨਾ? ਮੈਨੂੰ ਵੀ ਵਧੀਆ ਜੀ ਫੀਲਿੰਗ ਆ ਰਹੀ, ਬੜਾ ਮਜ਼ਾ ਆਏਗਾ। ਆਰਾਮ ਨਾਲ ਬਹਿੰਦੇ, ਕਾਫੀ ਸਾਰੀ ਪਬਲਿਕ ਬਹੁਤ ਇੱਥੇ ਆਉਂਦੀ ਹੈ, ਰੌਣਕ ਪੂਰੀ ਲੱਗਦੀ ਹੈ। ਲੋਕੇਸ਼ਨ ਤੁਹਾਨੂੰ ਸਾਰੀ ਚੈੱਕ ਕਰਾਵਾਂਗੇ, ਬਹੁਤ ਸੋਹਣੀਆਂ। ਸਾਹਮਣੇ ਵੇਖੋ ਆ ਇਹ ਸ਼ੇਖ ਚੇਲੀ ਦਾ ਮਕਬਰਾ, ਅਤੇ ਇਹ ਵੀ ਤੁਹਾਨੂੰ ਆਪਾਂ ਅੰਦਰੋਂ ਵਿਖਾਵਾਂਗੇ। ਇਹਦਾ ਦੂਸਰੇ ਪਾਸੋਂ ਐਂਟਰੀ ਗੇਟ ਹੈ, ਅੰਦਰ ਵੀ ਲੈ ਕੇ ਤੁਹਾਨੂੰ ਚੱਲਾਂਗੇ। ਅਤੇ ਬਹੁਤ ਵੱਡਾ ਹੈ, ਇਹਦੇ ਉੱਤੋਂ ਵੀ ਵਿਖਾਵਾਂਗੇ ਤੁਹਾਨੂੰ। ਪਬਲਿਕ ਪੂਰੀ ਰੌਣਕਾਂ ਲੱਗੀਆਂ ਨੇ, ਕਿਉਂਕਿ ਸੰਡੇ ਅੱਜ, ਸੰਡੇ ਵਾਲੇ ਦਿਨ ਫਿਰ ਰੌਣਕਾਂ ਉੱਦਾਂ ਵੀ, ਲੋਕ ਵਧੀਆ ਆਪਣੇ ਫਰੈਂਡਸ ਫੈਮਿਲੀ ਨਾਲ ਟਾਈਮ ਸਪੈਂਡ ਕਰਦੇ ਆ। ਭੁੱਖ ਤੇ ਲੱਗਣੀ ਹੈ, ਟਾਈਮ ਹੋ ਗਿਆ 3:15, 3:15 ਵੱਜ ਚੁੱਕੇ ਨੇ, ਬੜੀ ਭੁੱਖ ਲੱਗੀ ਹੈ। ਅਤੇ ਆਹ ਤਾਂ ਡੈ ਪਿਆ ਆਪਣੇ ਹੌਟ ਡੌਗ ਨੂੰ ਫਟਾਫਟ, ਇਹਨੇ ਮੋਟੇ ਭਾਲੂ ਨੇ ਵੀ ਹੌਟ ਡੌਗ ਲਿਆ, ਚੀਜ਼ ਵਾਲਾ ਹੌਟ ਡੌਗ ਹੈ, ਅਤੇ ਟੇਸਟੀ ਹੈ। ਮੈਨੂੰ ਤਾਂ ਲੱਗਦਾ ਹੌਟ ਡੌਗ ਐਵੇਂ ਟੈਂਪਰੇਰੀ ਜਿਹਾ ਸਿਸਟਮ ਹੁੰਦਾ ਹੁਣ। ਆਪਾਂ ਖਾਵਾਂਗੇ ਸੈਂਡਵਿਚ। ਓਕੇ, ਪਹਿਲਾਂ ਖਾ ਲਿਆ, ਪਹਿਲਾਂ ਥਮਸ ਅਪ ਨੂੰ, ਤੇ ਪਹਿਲਾਂ ਇਹਨੂੰ ਪਹਿਲਾਂ ਹੀ ਵੀ ਕੋਲਡ ਡਰਿੰਕ ਪਹਿਲਾਂ ਲਵਾਂ ਮੈਂ, ਬਾਕੀ ਨਾ ਕੋਈ ਮੇਰਾ ਸਮਾਨ ਕਿਧਰੇ ਕੋਲਡ ਡਰਿੰਕ ਨਾ ਮੇਰੀ ਲੈ ਜੇ। ਬਹੁਤ ਵਧੀਆ, ਯਮੀ ਸੀ। ਤਾਂ ਮੋਹਨ ਬੇਕਰੀ ਦੀ ਖਾਸੀਅਤ ਹੈ, ਸਮਾਨ ਤੇ ਕੁਛ ਵੀ ਆਪਾਂ ਲਈਏ ਟੇਸਟੀ, ਬਹੁਤ ਵਧੀਆ ਕੁਆਲਿਟੀ ਹੈ, ਫਰੈਸ਼ ਤੇ ਯਮੀ ਚੀਜ਼ਾਂ। ਆ ਜਾਓ ਗਾਈ, ਤੁਹਾਨੂੰ ਵੀ ਖਵਾਈਏ, ਆਪਾਂ ਗ੍ਰਿਲ ਸੈਂਡਵਿਚ ਖਾਵਾਂਗੇ, ਦੂਜਾ ਸੈਂਡਵਿਚ ਮੰਮੀ ਪਲੇਨ ਸੈਂਡਵਿਚ ਖਾ ਰਹੇ ਹਾਂ। ਪਨੀਰ ਪਕੌੜੇ ਵਾਂਗੂ ਟੇਸਟ ਹੈ, ਪਨੀਰ ਤਾਂ ਖਾਓ ਖਾਓ ਖਾਓ, ਬਹੁਤ ਭੁੱਖ ਲੱਗ ਗਈ। ਮੱਖੀਆਂ
आज फ्रेंड्स तुहानू भी खवाइए आप भी खा लीए फिर करांगे आप गल्लां बातां करांगे इंजॉय मौज मस्ती अज वधिया दिन लग्या धुप भी सोहनी लगी सीरत मर जे वधिया तरह खेडना थले वेख लिया खड्डा खुड्डा ना पैर मुड़ जाण सारे पासे इत्थे रौनक ही रौनकां ने फुल क्राउड चारे पासे पते चल फिर हुण शॉट वजना चाहिए अतकी ना वजना फिर वेखी ओ बल्ले छा गया शेर भाई सीरत बॉलिंग करेगी ते फतेह करे सीरत दा की हुंदा वे खब्बो मोह जोगी बॉल बड़ी फास्ट पाई भाई खब्बो ने लैफ्ट हैंड नहीं यूज करना राइट हैंड यूज करो सीरत दोवें हाथी चलांदी है लैफ्ट भी ते राइट भी लियाओ मैं करना लियाओ हुण दोवें खेड खेड के थक चुके ने बहुत देर हो गई है हुण फतेह लब्भन लग गया हुण मैनू कोल्ड ड्रिंक चाहीदी है की पीना हुण खा ली इहनू वेखो हुण जिन्हां दे सारी चीज़ां नहीं ना मुकणियां हजे पैटीज भी पईआं ने चिप्स भी ने आराम नाल अजे वाह टाइम आपां स्पेंड करना बेटा इंजॉय आराम नाल पीली बच्ची पीली तेरी ही नहीं असी कोई नहीं पीनी पानी पी लो पहले पानी पियो कोल्ड ड्रिंक फिर पियांगे कोई एक दो हाँ कमेडी रील्स बना लो बैठे बैठे लोकेशन सोनी है ना इधर पीछे इधर वो आएगा इंस्टाग्राम ते जिन्हें नहीं फॉलो किया प्लीज रिक्वेस्ट है फॉलो जरूर करो इंस्टाग्राम ते चीमा अंडरस्कोर गुरसीरत आई डी थले मेंशन कीती हुई है ते कर लो जल्दी जल्दी फॉलो ते आ फतेह आ की काम हो रहा हुण छोटी बोतल वड्डी बोतल च कर दीती है पुठे काम इहने हुण सारी एवें कर रोड रो ओह करता ही काम आ करता ही काम ए पुठे कम्मां तों नहीं टलदा पेस्ट्रीज ने ते खा लो पेस्ट्री काम बेड़ी दवा कोल्ड ड्रिंक ना पीवी थोड़ी देर तक पिकनिक का इंजॉय कर लिया हूं जो सामने दसिया शेख चिली का मकबरा ये भी तुम विखावे सो आप एक दो रील भी शूट की एक बिजली बिजली सौग ताकि सारे की बड़ी डिमांड सी बिजली बिजली सौग से वीडियो बनाओ तो वह भी आप एक छोटी जी यूट्यूब वास्ते वीडियो बनाई जी कि गुरसी डांस विद गुरसीरत गुरफतेह से अपलोड करा परले पासे जाना पैना उधर आप गए नहीं थोड़ा ग्रास ना सर्दियां करके सुक गया गर्मियां बहुत मजा हरियाली हरियाली हुंदी चारे पासे शेख चिली का मकबरा इतने भी ऑनलाइन टिकट्स भी ऑनलाइन वाला सिस्टम है आप तुम अंदर चल के विखावे बर्ड्स बड़े ज्यादा ने तोते कबूतर बड़ा कुछ है जिम्मे पंजाब तुम पता ही सारे है ना किले बहुत ज्यादा ने पुराने टाइम के पर साढ़े इधर घट ही ने एवं का है सिस्टम फतेह टच नहीं करना कोई भी जगह तो बच के सोशल डिस्टेंसिंग जरूरी है लोकेशन बड़ी प्यारी खाऊंगा बड़ी एक्सरसाइज हो रही है कदी इधर उत्ते चढ़ उधर उत्ते चढ़ हम बगिया ने पौड़ियाँ पहला उतों चढ़ के आए तो आप उगे उस जगह पर उधर फिर उधरों बड़ी दूरों आके तो इधर मेन उधर उधरों आना पैंदा इन्हों के हाल वेखो की होया गोड गोडा टुट गया नवा पवा दें कोई नहीं स्टील के गोडे पै जाते हैं अजकल सेहत की गल बह के हूँ आराम
ਇੰਜੋਏ ਕਰੋ ਵੇਖੋ ਲੋਕੇਸ਼ਨ ਸਾਡਾ ਸਾਰਾ ਕੁਝ ਇੱਤਰ ਸ਼ਹਿਰ ਦਿਸੇਗਾ ਇਥੋਂ ਅਸੀਂ ਨਹੀਂ ਘੁੰਮਣਾ ਸਾਡਾ ਘੁੰਮਿਆਗਾ ਆਪਾਂ ਉੱਥੇ ਸਾਂ ਉਹ ਬਿਲਡਿੰਗ ਉਹ ਬਿਲਡਿੰਗ ਉਹ 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 ਮੰਦਿਰ ਦੀ ਬਿਲਡਿੰਗ ਬੇਟਾ ਇਹ ਤਾਂ ਮੰਦਿਰ ਨਹੀਂ ਚਲੋ ਹਾਂ ਛੇੜ ਲੋ ਕੀ ਬਿਲਡਿੰਗ ਵੇਖੋ ਬਈ ਆ ਇਹ ਸ਼ੇਖ ਚਿਲੀ ਦਾ ਮਕਬਰਾ ਤੇ ਲੋਕੇਸ਼ਨ ਬੜੀ ਪਿਆਰੀ ਹੈ ਪਤਾ ਆਰਾਮ ਨਾਲ ਵੇਖ ਕੇ ਬੱਚੀ ਸਾਰੇ ਪਾਸੇ ਰੌਣਕਾਂ ਹੀ ਰੌਣਕਾਂ ਆ ਭਰਾ ਫੋਟੋਆਂ ਖਿਚਾਣ ਡਿਆ ਕਿਵੇਂ ਚੜਿਆ ਹੋਣਾ ਇੱਥੇ ਉਹ ਉੱਧਰ ਸਾਹਮਣੇ ਉਹ ਇੱਥੋਂ ਇੱਟਾਂ ਦੇ ਨਾਲ ਐਵੇਂ ਚੜ੍ਹ ਕੇ ਉੱਥੇ ਹੋਣਾ ਸਿਸਟਮ ਇਹਦਾ ਪਿੱਛੇ ਪਾਰਕ ਵਾਲਾ ਏਰੀਆ ਬਹੁਤ ਵੱਡਾ ਉੱਧਰ ਇੱਕ ਪਿੰਡ ਵੀ ਹੈ ਸੋ ਫਤਿਹ ਨਾ ਨਾ ਡਿੱਗੀ ਬਾਰੀ ਬਾਰੀ ਮੱਲਾ ਇੱਧਰ ਵੀ ਇਹ ਸਾਰਾ ਗਾਰਡਨ ਬੜਾ ਸਾਰਾ ਵੱਡਾ ਸਾਰਾ ਸਿਸਟਮ ਹੈ ਪੁਰਾਣੇ ਟਾਈਮ ਦਾ ਨਾ ਛੋਟੇ ਛੋਟੇ ਪਤੂਰੇ ਡੋਗੀ ਨੇ ਬਰਡਸ ਤੇ ਇੱਥੇ ਪਤਾ ਨਹੀਂ ਕਿੰਨੇ ਗੁਰੇ ਹੁੰਦੇ ਨੇ ਲੱਖਾਂ ਦੇ ਹਿਸਾਬ ਨਾਲ ਭਰਿਆ ਪਿਆ ਥੱਲੇ ਜਿੱਧਰ ਜਿੱਧਰ ਵੀ ਜਗ੍ਹਾ ਇੰਜੋਏ ਕਰ ਰਹੇ ਨੇ ਸਾਰੀ ਪਬਲਿਕ ਐਂਡ ਪੂਰਾ ਚਿੱਲ ਚੱਲ ਰਿਹਾ ਕੰਮ ਕਿਉਂਕਿ ਸੰਡੇ ਵੀ ਸੰਡੇ ਕਰਕੇ ਫਿਰ ਸਾਰਾ ਸਾਰੇ ਫ੍ਰੀ ਹੁੰਦੇ ਨੇ ਵੇਖਣ ਵਾਲੇ ਵਾਹ ਵਾਹ ਦੱਸੋ ਖੁੱਲੀ ਹਵਾ ਆਰਾਮ ਨਾਲ ਮਸਤੀ ਹੋ ਰਹੀ ਹੈ ਲੋਕਡਾਊਨ ਹੋ ਗਿਆ ਤੇ ਸਿਆਪਾ ਫਿਰ ਘਰਾਂ ਦੇ ਵਿੱਚ ਬੰਦ ਹੋ ਜਾਣਾ ਬੇਟਾ ਹੁਣ ਤੇਰਾ ਵੀ ਜਾਣਦਾ ਵੇਖ ਜਿਵੇਂ ਕਹਿਣਗੇ ਉਵੇਂ ਕਰਾਂਗੇ ਚਲ ਆਜੋ ਹੁਣ ਆਪਾਂ ਹੁਣ ਇੱਕ ਹੋਰ ਪਾਰਕ ਇੱਥੇ ਨਾਲ ਹੀ ਜਿੰਦਲ ਪਾਰਕ ਉਹ ਵੀ ਖਾਣੇ ਉੱਥੇ ਸਵਿੰਗਸ ਨੇ ਬੱਚੇ ਇੰਜੋਏ ਕਰਨਗੇ ਸੋ ਵਿਊ ਇਹ ਤੇ ਉੱਚੀ ਜਗ੍ਹਾ ਨਾ ਇੱਥੇ ਸ਼ਹਿਰ ਦੀ ਆਈ ਥਿੰਕ ਸਭ ਤੋਂ ਉੱਚੀ ਜਗ੍ਹਾ ਅਤੇ ਸਾਰਾ ਸ਼ਹਿਰ ਨਜ਼ਰ ਆ ਰਿਹਾ ਬਹੁਤ ਸੋਹਣਾ ਬੜਾ ਮਜ਼ਾ ਆ ਰਿਹਾ ਸਭ ਤੋਂ ਵਧੀਆ ਚੀਜ਼ ਇੱਥੇ ਜਿਹੜੀ ਬਰਡਸ ਦੀ ਤੋਤੇ ਚਿੜੀਆਂ ਕਬੂਤਰ ਬੜੇ ਹੀ ਜ਼ਿਆਦਾ ਪੰਛੀ ਨੇ ਇੰਨੀ ਸੋਹਣੀਆਂ ਆਵਾਜ਼ਾਂ ਵੀ ਸੁਣ ਸਕਦੇ ਹੋ ਨਾ ਸਭ ਤੋਂ ਜ਼ਿਆਦਾ ਕਬੂਤਰ ਨੇ ਫਤਿਹ ਦੇ ਫੇਵਰੇਟ ਸੋ ਪੰਛੀਆਂ ਦੀ ਆਵਾਜ਼ ਲਾਲੀਆਂ ਵੀ ਲੱਗੀਆਂ ਫਿਰਦੀਆਂ ਨੇ ਇਹਨਾਂ ਦੀ ਆਵਾਜ਼ ਸਭ ਤੋਂ ਵਧੀਆ ਚੀਜ਼ ਬੜਾ ਸਕੂਨ ਮਿਲਦਾ ਬੜੀ ਪਿਆਰੀ ਜਗ੍ਹਾ ਸਨਸੈਟ ਹੋਣ ਲੱਗਿਆ ਵੇਖੋ ਕਿੰਨਾ ਸੋਹਣਾ ਵਿਊ ਹੈ ਰੇਲੀ ਚਲਾਓ ਹੁਣ ਤੁਹਾਨੂੰ ਦੂਜੀ ਪਾਰਕ 'ਚ ਲੈ ਕੇ ਚੱਲੀਏ ਬੱਚਿਆਂ ਨੂੰ ਆਪਾਂ ਕਿਉਂਕਿ ਇੱਥੇ ਉੱਥੇ ਇਹਨਾਂ ਨੇ ਸਵਿੰਗਸ ਵਗੈਰਾ ਲੈਣੇ ਨੇ ਚੱਲ ਵੀ ਜਟਾ ਉੱਥੇ ਫਿਰ ਆ ਸੈਰ ਹੋ ਗਈ ਪੂਰੀ ਐਕਸਰਸਾਈਜ਼ ਹੈ ਨਾ ਹੁਣ ਅਸੀਂ ਆ ਗਏ ਹਾਂ ਜਿੰਦਲ ਪਾਰਕ 'ਚ ਇੱਥੇ ਹੁਣ ਬੱਚੇ ਲੈਣਗੇ ਸਵਿੰਗਸ ਕਿਉਂਕਿ ਸਵਿੰਗਸ ਇੱਥੇ ਬਹੁਤ ਜ਼ਿਆਦਾ ਨੇ ਅਤੇ ਉੱਦਾਂ ਇੱਥੇ ਬਹੁਤ ਸਾਰਾ ਸਿਸਟਮ ਹੈ ਨਹੀਂ ਆਪਾਂ ਬੱਚਿਆਂ ਨੂੰ ਇਹ ਵੀ ਪਾਰਕ ਬਹੁਤ ਵੱਡੀ ਹੈ ਅਤੇ ਇੱਥੇ ਵੀ ਨੇੜੇ ਤੇੜੇ ਵਾਲੇ ਸਾਲੇ ਸਿਗਰਟ ਬੀੜੀ ਦੀ ਗੰਦੀ ਸਮੈਲ ਆ ਗਈ ਨਹੀਂ ਪਿਆ ਨਹੀਂ ਉਹ ਨਹੀਂ ਉਹ ਟੁੱਟੇ ਨੇ ਬੇਟਾ ਉਹ ਤੁਹਾਡੇ ਮਤਲਬ ਇੱਧਰ ਆ ਜਾਓ ਤੁਸੀਂ ਕਰੋ ਇੰਜੋਏ ਛੋਟੇ ਛੋਟੇ ਬੱਚੇ ਵੇ ਕਿਵੇਂ ਚਿੱਲ ਕਰਦੇ ਉਹਨੇ ਮਜ਼ਾ ਕਰ ਰਹੇ ਨੇ ਪੂਰਾ ਜਿਹੜੇ ਨੇੜੇ ਤੇੜੇ ਪਾਰਕਾਂ ਦੇ ਘਰ ਨੇ ਜਿਹਨਾਂ ਨੂੰ ਉਹਨਾਂ ਤੋਂ ਬੜੀ ਮੌਜ ਹੈ ਬਾਈ ਬੱਚੇ ਵੀ ਵੱਡੇ ਵੀ ਸਾਰੇ ਨਾਲੇ ਸੈਰ ਨਾਲੇ ਇੰਜੋਏ ਮੌਜ ਮਸਤੀ ਹੋ ਜਾਂਦੀ ਸਾਰੇ ਕੋਈ ਰੌਣਕ ਦੇ ਵਿੱਚ ਹਨਾ ਮਜ਼ਾ ਆਉਂਦਾ ਫਿਰ ਕਾਫੀ ਸਾਰਾ ਆਇਓ ਸੀਰ ਤੇ ਇੱਧਰ ਚਲੋ ਵੈਰੀ ਗੁੱਡ ਸ਼ਾਬਾਸ਼ ਫੁੱਲ ਕਰ ਪੁੱਲ ਅਪ ਹਾਂ ਪਤੇ ਆ ਗਿਆ ਆਪਣੀ ਵਧੀਆ ਲੋਕੇਸ਼ਨ ਤੇ ਪਤੇ ਪੂਰੀ ਫੁੱਲ ਸਪੀਡ ਤੇ ਆਉਣਾ ਪਤੇ ਤੇ ਸਕਿੰਟ ਲਾਉਂਦਾ ਹੁਣ ਮੋਟੇ ਲਾਲੇ ਨੂੰ ਇਹਨੇ ਮੋਟਾ ਲਾਲਾ ਕੀ ਕਰਦਾ ਪਤੇ ਪਿੱਛੇ ਹਟ ਜਾ ਤੇਰੀ ਨਾਸਾਂ ਦੇ ਵਧੀਆ ਲੱਤ ਚੜ ਚੜ ਫਸਟ ਸਟੈਪ ਉਹਦਾ ਟੁੱਟਾ ਕੋਈ ਗੱਲ ਨੀ ਚੜੋ ਉੱਤੇ
ਵੈਰੀ ਗੁੱਡ ਮੰਮਾ ਬੁਰੀ ਬ੍ਰਾਹਮਣੀ ਆ ਅੱਛਾ ਬੁਰੀ ਬ੍ਰਾਹਮਣੀ ਮੰਮਾ ਸਿਰ ਤੋਂ ਪਿੱਛੇ ਨੇ ਡੈਡੀ ਫੜ ਫੜ ਕੇ ਆਈ ਫਾਸਟ 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 ਆ ਇਧਰ ਪੋਕਲੇ ਮਰ ਜਾਣੀ ਪਾਪਾ ਸਿਰ ਤੋਂ ਸਿਰ ਤੋਂ ਉਸ ਤੇ ਲਟਕੇ ਦਿਖਾ ਮੈਨੂੰ ਹੋ ਗਿਆ ਉਹ ਪਏ ਨੇ ਵਿਚਾਰੇ ਦੋਨੇ ਇਕੱਠੇ ਸਿਰ ਆ ਜਾ ਛੋਟੇ ਛੋਟੇ ਖਿੱਲਰ ਗਏ ਨੇ ਦੋਵੇਂ ਨਿਆਣਿਆਂ ਦਾ ਮਜ਼ਾ ਆਉਂਦਾ ਸਵਿੰਗ ਤੇ ਡਿੱਗ ਦੇ ਟੈਨ ਦੇ ਕਈ ਕਾਰਨਾਮੇ ਕਰਦੇ ਇੱਧਰ ਮੂੰਹ ਘੁੰਮੋ ਇੱਧਰ ਘੁੰਮੋ ਬੇਟਾ ਘੁੰਮ ਕੇ ਨਾ ਨਾ ਟੁੱਟੀ ਏ ਚਲੋ ਸੀ ਸ਼ਾਬਾਸ਼ ਚਲੋ ਜਾਣਾ ਏ ਕਿ ਮਤੇ ਲਟਕਦੀ ਵੀ ਰਹੇ ਚਲੋ ਇੱਕ ਇੱਕ ਹੱਥ ਅੱਗੇ ਹਾਂ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਐਵੇਂ ਐਵੇਂ ਚਲੋ ਸ਼ਾਬਾਸ਼ ਪੂਰਾ ਕ੍ਰੋਸ ਕਰਨਾ ਸੀ ਸ਼ਾਬਾਸ਼ ਵੈਰੀ ਗੁੱਡ ਕੰਸੈਂਟਰੇਟ ਕਰਕੇ ਵੈਰੀ ਗੁੱਡ ਸ਼ਾਬਾਸ਼ ਇੱਕ ਹੈਂਡ ਦੂਜੇ ਪਾਸੇ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਪੈਰ ਨਾ ਨਾ ਉਡਾ ਵੈਰੀ ਗੁੱਡ ਵੈਰੀ ਗੁੱਡ ਪੈਰ ਨਾ ਹੁਣ ਇੱਕ ਹੱਥ ਅੱਗੇ ਲੈ ਕੇ ਚੱਲ ਫਤਿਹ ਕੈਦ ਹੋ ਗਿਆ ਜੇਲ੍ਹ ਦੇ ਵਿੱਚ ਫਸ ਗਿਆ ਅਬੇ ਯਾਰ ਨਿਕਲ ਬਾਹਰ ਕੱਢੋ ਯਹਾਂ ਸੇ ਬਾਹਰ ਕੱਢੋ ਯਹਾਂ ਸੇ ਬਾਹਰ ਨਿਕਾਲੋ ਫਤਿਹ ਹਿੰਦੀ ਵੀ ਬੜੀ ਇੰਟਰਸਟਿੰਗ ਬੋਲਦਾ ਪੰਜਾਬੀ ਦੇ ਏਡਾ ਡਾਇਲੌਗ ਠੋਕ ਦਿੰਦਾ ਫਿਰ ਵੇਚੀ ਮੈਨੂੰ ਬਾਹਰ ਕੱਢੋ ਕਿਹੜੀ ਨਹੀਂ ਬੇਟਾ ਕਿਸੇ ਦੀ ਸਾਈਕਲ ਐਵੇਂ ਚਲਾਣੀ ਐਵੇਂ ਨਹੀਂ ਕਰੀਦਾ ਹੁੰਦਾ ਫਤਿਹ ਇੱਧਰ ਵੇਖੋ ਦੋਵੇਂ ਸੀਰਤ ਇੱਥੇ ਕਈ ਵਾਰੀ ਫੋਟੋ ਸ਼ੂਟ ਕੀਤਾ ਆਪਾਂ ਬੜੀ ਵਧੀਆ ਉੱਧਰ ਸਾਰਾ ਜਿਹੜੀ ਪਾਰਕ ਪਰਲੇ ਪਾਸੇ ਬਹੁਤ ਸੋਹਣੀ ਪਾਰਕ ਹੈ ਇੱਥੇ ਫਾਊਂਟੇਨ ਸ਼ੋਅ ਵੀ ਹੁੰਦਾ ਰਾਤ ਨੂੰ ਉਹ ਪਰ ਆਏ ਚਲੋ ਚੱਲੀਏ ਬਸ ਹੁਣ ਸਿਰ ਧੁੰਦ ਫਨ ਹੋ ਗਿਆ ਤੁਹਾਡੀ ਪਿਕਨਿਕ ਬੜੀ ਸੋਹਣੀ ਹੋ ਗਈ ਬੜਾ ਮਜ਼ਾ ਆਇਆ ਸ਼ਾਮ ਪੈ ਗਈ ਲੈ ਲਾ ਜਿਹੜਾ ਚੱਕਰ ਆ ਜਾਣਗੇ ਜ਼ਿਆਦਾ ਤੇਜ਼ ਬੋਂਦਲ ਜੋਗੇ ਚੱਕਰ ਖਾ ਖਾ ਕੇ ਬੋਂਦਲ ਜੋਗੇ ਜ਼ਰੂਰ ਖਾਣੇ ਰਹਿਣ ਦੇ ਪੈਕ ਕਰਾ ਲੈ ਕਰ ਜਾ ਖਾਲੀ ਹਾਂ ਪੈਕ ਬਸ ਅਸੀਂ ਆਪ ਭੁੱਲੋ ਅੱਗੇ ਟਿੱਕੀ ਨਾ ਪੈਕ ਕਰਾ ਲਓ ਫਿਰ ਠੀਕ ਚਿੰਮਾ ਜੀ ਕਹਿੰਦੇ ਮੋਮੋਜ਼ ਖਾਏ ਨਹੀਂ ਜਾ ਰਹੇ ਹੁਣ ਨਹੀਂ ਮੈਂ ਤਾਂ ਉਹਨੂੰ ਆਪ ਖੋਲਾਂ ਮੰਮੀ ਖਾ ਲਓ ਹੁਣ ਰੱਜ ਗਈ ਹੈ ਇਹ ਪਾਣੀ ਪੀ ਪੀ ਜੀ ਦਾ ਬੁਰਾ ਹਾਲ ਹੋ ਗਿਆ ਵਿਚਾਰੀ ਦਾ ਪਤੇ ਖਾਣੇ ਮੋਮੋਸ ਪਤੇ ਖਾ ਰਿਹਾ ਟਿੱਕੀ ਇੱਧਰ ਤੇ ਆ ਥੋੜਾ ਮੈਂ ਡਿਪ ਕਰਕੇ ਆਈ ਹਾਂ ਇੱਥੇ ਮੈਂ ਟਿੱਕੀ ਦੇ ਵਿੱਚ ਹੁਣ ਡਿਪ ਕਰਕੇ ਮੋਮੋਸ ਖਾ ਰਹੀ ਹਾਂ ਮਜ਼ਾ ਆ ਰਿਹਾ ਚਾਹ ਖਾ ਲਾ ਜਲਦੀ 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 ਕਰ ਸੋ ਫਰੈਂਡਸ ਹੁਣ ਅਸੀਂ ਘਰ ਆ ਗਿਆ ਤੇ ਅਸੀਂ ਰਜਾਈਆਂ 'ਚ ਵੜ ਗਿਆ ਨਾਈਟ ਸੂਟ ਪਾ ਕੇ ਅਤੇ ਅਸੀਂ ਅੱਜ ਦੀ ਸਾਡੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਅੱਛੀ ਲੱਗੀ ਹੋਵੇਗੀ ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਬਿਕੋਜ਼ ਹੁਣ ਹੋਲੀਡੇਜ਼ ਨੇ ਅਤੇ ਅਸੀਂ ਕਿਤੇ ਨਾ ਕਿਤੇ ਘੁੰਮਣ ਜਾਵਾਂਗੇ ਐਂਡ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰਿਓ ਐਂਡ ਮੈਕਸੀਮਮ ਕਮੈਂਟ ਵੀ ਜ਼ਰੂਰ ਕਰਿਓ ਐਂਡ ਸਾਡੇ ਮੈਕਸੀਮਮ ਸਰਪ੍ਰਾਈਜ਼ ਕਰ ਦਿਆ ਜੇ ਭਾਈ ਫਤਿਹ ਦਾ ਸਬਸਕ੍ਰਾਈਬ ਜ਼ਰੂਰ ਕਰਨਾ ਫਤਿਹ ਦੇ ਕਹਿਣ ਤੇ ਭਾਈ ਚਲੋ ਫਤਿਹ ਬੋਲੋ ਤੇ ਮਿਲਦੇ ਆ ਨੈਕਸਟ ਵੀਡੀਓ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਸੋ ਵਾਚਿੰਗ